ਸਿੱਖ ਇਤਿਹਾਸ ਦੀ ਗੱਲ ਕਰੀਏ ਤੇ ਸਿੱਖ ਇਤਿਹਾਸ ਨੇ ਜਦੋਂ ਜਦੋਂ ਵੀ ਸਮਾਜ ਦੀ ਬਿਹਤਰੀ ਲਈ, ਸਮਾਜ ਦੀ ਭਲਾਈ ਲਈ ਕੋਈ ਨਾ ਕੋਈ ਕਦਮ ਚੱਕਣ ਦੀ ਕੋਸ਼ਿਸ਼ ਕੀਤੀ ਹੈ ਤੇ ਸਰਕਾਰਾਂ ਉਹਨਾਂ ਦੇ ਰਸਤੇ ਵਿੱਚ ਹਮੇਸ਼ਾ ਮੁਸ਼ਕਲਾਂ ਖੜੀਆਂ ਕਰਦੀਆਂ ਨੇ। ਕਾਨੂੰਨ ਵੀ ਕਿਤੇ ਨਾ ਕਿਤੇ ਮਤਲਬ ਅਲੱਗ-ਅਲੱਗ ਫੈਸਲੇ ਦੇਣੇ ਸ਼ੁਰੂ ਕਰ ਦਿੰਦਾ ਹੈ, ਪਰ ਜਿਸ ਦੇ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਕਾਫੀ ਜ਼ਿਆਦਾ ਪਰੇਸ਼ਾਨ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਇੱਕ ਲੜਕੀ ਵੱਲੋਂ ਸਰਕਾਰੀ ਪੇਪਰ ਬਾਰੇ ਦੱਸਿਆ ਹੈ ਕਿ ਜਿਸ ਸੰਸਥਾ ਦੇ ਵਿੱਚ ਉਹ ਪੇਪਰ ਦੇਣ ਜਾ ਰਹੀ ਹੈ ਉੱਥੇ DSP ਦਾ ਪੇਪਰ ਹੋ ਰਿਹਾ ਹੈ ਔਰ ਉਸ ਪੇਪਰ ਦੇ ਵਿੱਚ ਕੋਈ ਵੀ ਸਿੱਖ ਲੜਕਾ ਲੜਕੀ ਨਜ਼ਰ ਨਹੀਂ ਆ ਰਹੇ। ਹਾਲਾਂਕਿ ਉਸਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਕਿਸੇ ਨਾ ਕਿਸੇ ਤਰ੍ਹਾਂ ਇਸ ਪੇਪਰ ਵਿੱਚ ਐਂਟਰੀ ਕਰਾਂ, ਪਰ ਐਂਟਰੀ ਕਰਨ ਤੋਂ ਪਹਿਲਾਂ ਹੀ ਸ੍ਰੀ ਸਾਹਿਬ ਦੇ ਉੱਪਰ ਟੇਪ ਲਪੇਟ ਦਿੱਤੀ ਜਾਂਦੀ ਹੈ ਤੇ ਕੜਾ ਜਿਹੜਾ ਉਸ ਬੱਚੀ ਨੇ ਆਪਣੇ ਹੱਥ ਵਿੱਚ ਪਾਇਆ ਹੈ ਉਸ ਦੇ ਉੱਪਰ ਵੀ ਟੇਪ ਲਪੇਟ ਦਿੱਤੀ ਜਾਂਦੀ ਹੈ। ਕਿਤੇ ਨਾ ਕਿਤੇ ਸਰਕਾਰੀ ਨੌਕਰੀਆਂ ਦੇ ਵਿੱਚ ਇਸ ਤਰ੍ਹਾਂ ਦਾ ਵਿਤਕਰਾ ਹੋਣਾ ਆਪਣੇ ਆਪ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਹੈ। ਤੁਸੀਂ ਵੇਖੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ। ਇਹ ਤੁਸੀਂ ਸਾਰੇ ਦੇਖ ਸਕਦੇ ਹੋ, ਅਭਿਨਵ ਪਬਲਿਕ ਸਕੂਲ ਪਿਤਮਪੁਰਾ CU ਬਲਾਕ, ਇਹਦਾ DSSB ਦਾ ਐਗਜ਼ਾਮ ਹੋਣਾ ਹੈਗਾ। ਹੁਣੇ ਥੋੜ੍ਹੀ ਦੇਰ ਵਿੱਚ ਐਗਜ਼ਾਮ ਸ਼ੁਰੂ ਹੋਣ ਵਾਲਾ ਹੈਗਾ। ਇੰਨੀ ਭੀੜ ਭਾੜ ਜਮ੍ਹਾਂ ਹੈਗੀ ਹੈ ਇਸ ਪੇਪਰ ਦੇ ਐਂਟਰੀ ਵਾਸਤੇ, ਲੇਕਿਨ ਜਿਵੇਂ ਤੁਸੀਂ ਆਪ ਜੀ ਆਪ ਦੇਖ ਸਕਦੇ ਹੋ ਸਾਰੇ ਕਿ ਇੱਧਰ ਕੋਈ ਵੀ ਇੱਕ ਸਿੱਖ ਨਹੀਂ ਹੈਗਾ। ਇਸ ਦਾ ਕੀ ਕਾਰਨ ਹੋ ਸਕਦਾ ਹੈ ਕਿ ਇੱਕ ਸਰਕਾਰੀ ਪੇਪਰ ਦੇਣ ਵਾਸਤੇ ਕੋਈ ਸਿੱਖ ਜਮ੍ਹਾਂ ਨਹੀਂ ਹੈਗਾ? ਕਿਉਂ? ਇਸ ਦਾ ਕਾਰਨ ਮੈਂ ਆਪ ਜੀ ਨਾਲ ਸ਼ੇਅਰ ਕਰਨਾ ਚਾਹਾਂਗੀ। ਮੈਂ ਹਰਲੀਨ ਕੌਰ ਇੱਧਰ ਪੇਪਰ ਦੇਣ ਵਾਸਤੇ ਆਈ ਸੀ। ਮੈਨੂੰ ਇੱਧਰ ਪੇਪਰ ਦੇਣ ਵਾਸਤੇ ਮਨਾ ਕੀਤਾ ਗਿਆ ਹੈ। ਕਹਿ ਰਹੇ ਨੇ ਯਾ ਤੇ ਕਿਰਪਾਨ ਲਾਓ ਆਪਣੀ, ਜੇ ਤੇ ਇਹਨੇ ਟੇਪ ਵੀ ਲਾਈ ਹੈ, ਤੁਸੀਂ ਆਪ ਦੇਖ ਸਕਦੇ ਹੋ, ਇਹਨਾਂ ਨੇ ਕਿਰਪਾਨ ਤੇ ਇਹ ਮੇਰੇ ਕੜੇ ਤੇ ਟੇਪ ਲਗਾਈ ਹੈ ਤਾਂ ਕਿ ਇਹ ਮੈਟਲ ਡਿਟੈਕਟਰ ਨਾਲ ਜੋ ਇਹਨਾਂ ਨੇ ਚੈਕਿੰਗ ਕਰਨੀ ਸੀ ਇਹ ਕਰ ਸਕਣ। ਅਸੀਂ ਆਪਣੇ ਵੱਲੋਂ ਕੋਈ ਰੋਕ ਨਹੀਂ ਕੀਤੀ। ਫਿਰ ਵੀ ਉਸ ਤੋਂ ਬਾਅਦ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਧਰ ਐਂਟਰੀ ਮਨਾ ਕੀਤੀ ਗਈ ਹੈ। ਇਹ ਸਾਡੀ ਭੀੜ ਹੈਗੀ ਹੈ, ਇੱਧਰ ਗਵਾਹ ਹੈਗੀ ਹੈ ਕਿ ਪੇਪਰ ਦੇਣ ਵਾਸਤੇ ਮਨਾ ਕੀਤਾ ਗਿਆ ਹੈਗਾ ਇੱਕ ਸਿੱਖ ਨੂੰ। ਕਿਸ ਵਾਸਤੇ? ਕਿ ਉਹਨੇ ਕਿਰਪਾਨ ਪਾਈ ਹੋਈ ਹੈ। ਕਹਿ ਰਹੇ ਨੇ ਯਾ ਤੇ ਕੋਰਟ ਦਾ ਆਰਡਰ ਲੈ ਕੇ ਆਓ। ਕੋਰਟ ਦੇ ਆਰਡਰ ਦੀ ਕੀ ਲੋੜ ਹੈਗੀ ਹੈ ਜਦ ਸਾਡੇ ਕੋਲ ਸਾਡੇ ਕਨਸਟੀਟਿਊਸ਼ਨ ਵਿੱਚ ਲਿਖਿਆ ਹੋਇਆ ਹੈ ਕਿ ਸਾਨੂੰ ਆਪਣੇ ਧਰਮ ਨੂੰ ਮੰਨਣ ਵਾਸਤੇ ਕੋਈ ਵੀ ਮਨਾ ਨਹੀਂ ਕਰ ਸਕਦਾ, ਤੇ ਸਾਡਾ ਧਰਮ ਅਗਰ ਕਹਿੰਦਾ ਹੈਗਾ ਕਿ ਕਿਰਪਾਨ ਪਾਣੀ ਹੈ ਤੇ ਫਿਰ ਇਸ ਗੱਲ ਨੂੰ ਕੋਈ ਕਿਵੇਂ ਮਨਾ ਕਰ ਸਕਦਾ? ਕੋਈ ਅਥਾਰਿਟੀ, ਕੋਈ ਵੀ ਸਰਕਾਰੀ ਅਥਾਰਿਟੀ ਸਾਡੇ ਕਨਸਟੀਟਿਊਸ਼ਨ ਨਾਲੋਂ ਵੱਡੀ ਹੋ ਗਈ ਹੈ? ਅਗਰ ਆਪ ਜੀ ਇਹਦੇ ਵਿੱਚ ਕਮੈਂਟ ਕਰਨਾ ਚਾਹੁੰਦੇ ਹੋ, ਇਸ ਸਕੂਲ ਬਾਰੇ ਤੁਸੀਂ ਕਹਿਣਾ ਚਾਹੁੰਦੇ ਹੋ, ਜਾਂ ਇਸ ਤਰ੍ਹਾਂ ਦੀ ਕੋਈ ਨਾਇਨਸਾਫੀ ਆਪ ਜੀ ਨਾਲ ਵੀ ਹੋਈ ਹੈ, ਤੇ ਸ਼ੇਅਰ ਕਰੋ। ਏਵਨ ਪੰਜਾਬੀ ਆ ਗਿਆ ਹੁਣ ਤੁਹਾਡੇ ਸਮਾਰਟਫੋਨ ਤੇ ਵੀ। ਜਲਦ ਤੋਂ ਜਲਦ ਡਾਊਨਲੋਡ ਕਰੋ ਏਵਨ ਪੰਜਾਬੀ ਨਿਊਜ਼ ਲਾਈਵ ਐਪ ਨੂੰ।